ਅਸੀਂ ਬਿਲਕੁਲ ਉਹਦਾ ਜਨਮ ਦਿਨ ਮਨਾਇਆ ਛਿੱਤਰਾਂ ਨਾਲ। ਉਹ ਇਹ ਕਾਲਾ ਦਿਨ ਜਿਹੜਾ ਮੋਦੀ ਨੇ ਲਿਆਂਦਾ ਅੱਜ ਦਾ ਦਿਨ, ਉਸ ਗੱਲ ਨਾਲ ਰਲ ਗਿਆ ਕਿ ਇੱਕ ਸਾਲ ਸਾਡੇ ਘੋਲ ਨੂੰ ਹੋ ਗਿਆ, ਅਸੀਂ ਆਪਦਾ ਘੋਲ ਉਵੇਂ ਜਿਵੇਂ ਬਰਕਰਾਰ ਹੈ ਮੋਦੀ ਦੇ ਛਿੱਤਰ ਮਾਰ ਕੇ ਉਹਦਾ ਹੁਣ ਅਰਥੀ ਫੂਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੀ ਤਕੜੇ ਸੰਘਰਸ਼ ਲੜਾਂਗੇ ਜਦ ਤੱਕ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਾ ਦਿੰਦੇ, ਰੱਦੀ ਦੀ ਟੋਕਰੀ 'ਚ ਜੜ ਦਿੰਦੇ ਜਾਂ ਇਹਨਾਂ ਨੂੰ ਧਰਤੀ 'ਚ ਨਹੀਂ ਦੱਬ ਦਿੰਦੇ, ਉਹਨਾਂ ਚਿਰ ਸਾਡੀ ਲੜਾਈ ਜਾਰੀ ਰਹੂਗੀ। ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ, ਅਸੀਂ ਆਪਣੀਆਂ ਮੰਗਾਂ ਮਰਵਾ ਕੇ ਜੇ ਮੋਦੀ ਹਕੂਮਤ ਦੀ ਅਰਥੀ ਸਾੜੀ ਗਈ ਹੈ ਅਤੇ ਨਾਲ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਸਾੜੀਆਂ ਗਈਆਂ ਨੇ, ਇਹ ਭਾਵੇਂ ਓਪਨਲੀ ਨਹੀਂ ਦਿਸ ਰਹੀ, ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਮੋਦੀ ਹਕੂਮਤ ਆ ਜਿਹੜੀ ਅੰਦਰੋਂ ਹਿੱਲੀ ਹੋਈ ਆ ਉਹ। ਅਸੀਂ ਮੋਦੀ ਨੂੰ ਇਹੀ ਸੁਨੇਹਾ ਭੇਜਦੇ ਹਾਂ ਵੀ ਜਿਹੜੇ ਤੇਰਾ ਅੱਜ ਪੁਤਲਾ ਫੂਕਿਆ ਇਹ ਤੂੰ ਜਮਾ ਤੂੰ ਹੀ ਫੂਕਿਆਗਾ, ਪੁਤਲਾ ਨਹੀਂ ਫੂਕਿਆ ਕਹਿ ਸਕਦੇ। 5 ਜੂਨ 2020 ਇੱਕ ਕਾਲਾ ਦਿਨ ਸੀ ਇਤਿਹਾਸ ਦਾ, 1 ਸਤਾਈ ਸਤੰਬਰ 2020 ਇਤਿਹਾਸ ਦਾ ਕਾਲਾ ਦਿਨ ਸੀ ਜਦੋਂ ਪਾਰਲੀਮੈਂਟ ਦੇ ਅੰਦਰ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਬਣੀਆਂ ਹੋਈਆਂ ਰਵਾਇਤਾਂ ਸੀ ਇਹਨਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਪਾਸ ਕੀਤੇ ਗਏ ਸਨ। ਅੱਜ 3 ਖੇਤੀ ਕਾਨੂੰਨ ਬਣਿਆ ਨੂੰ ਪੂਰਾ 1 ਸਾਲ ਹੋ ਗਿਆ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ, ਜਿਸ ਸੰਬੰਧੀ ਅੱਜ ਕਿਸਾਨ ਬੀਬੀਆਂ ਅਤੇ ਕਿਸਾਨ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੀ ਹੈ। ਇਸ ਸੰਬੰਧੀ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਮੋਦੀ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਸਮਾਂ ਮੋਦੀ ਸਰਕਾਰ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਅਸੀਂ ਮੋਦੀ ਨੂੰ ਇਹੀ ਸੁਨੇਹਾ ਭੇਜਦੇ ਹਾਂ ਵੀ ਜਿਹੜੇ ਤੇਰਾ ਅੱਜ ਪੁਤਲਾ ਫੂਕਿਆ ਇਹ ਤੂੰ ਜਮਾ ਤੂੰ ਹੀ ਫੂਕਿਆਗਾ, ਪੁਤਲਾ ਨਹੀਂ ਫੂਕਿਆ ਕਹਿ ਸਕਦੇ। ਵੀ ਸਾਨੂੰ ਸਾਲ ਹੋ ਗਿਆ ਬੈਠਿਆਂ ਨੂੰ ਇੱਥੇ, ਤਾਂ ਸਾਡੀ ਅੱਜ ਤੱਕ ਸੁਣੀ ਨਹੀਂ ਅਤੇ ਤੇਰੇ ਇਹ ਕੰਨਾਂ ਦੀ ਜਾਣੀ ਚਾਹੀਦੀ ਤੂੰ। ਸਾਡੀ ਜਿਹੜੀਆਂ ਅਸੀਂ ਬੀਬੀਆਂ ਹੈਗੀਆਂ ਅਸੀਂ ਦਿਲਾਂ ਨਾਲ ਘੱਟ ਨਹੀਂ ਹੈਗੀਆਂ, ਅਸੀਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਤੈਨੂੰ। ਐਂ ਨਹੀਂ ਹੈਗਾ ਵੀ ਤੂੰ ਇੱਥੋਂ ਸਾਨੂੰ ਖਾਲੀ ਮੋੜ ਦੇਗਾ, ਅਸੀਂ ਤੇਰੇ ਹੱਡਾਂ 'ਚ ਆਪਦੇ ਜਿਹੜੇ ਕਾਨੂੰਨ ਨੇ ਲਵਾਂਗੀਆਂ। ਆਉਣ ਵਾਲੇ ਸਮੇਂ 'ਚ ਮੋਦੀ ਨਹੀਂ ਰਹਿਣਾ ਇੱਥੇ, ਅਸੀਂ ਆ ਤੁਹਾਡੇ ਸਾਹਮਣੇ ਦੇਖਿਆ ਹੀ ਹੋਣਾ ਤੁਸੀਂ, ਅਸੀਂ ਬਿਲਕੁਲ ਉਹਦਾ ਜਨਮ ਦਿਨ ਮਨਾਇਆ ਛਿੱਤਰਾਂ ਨਾਲ। ਉਹ ਇਹ ਕਾਲਾ ਦਿਨ ਜਿਹੜਾ ਮੋਦੀ ਨੇ ਲਿਆਂਦਾ ਅੱਜ ਦਾ ਦਿਨ, ਉਸ ਗੱਲ ਨਾਲ ਰਲ ਗਿਆ ਕਿ ਇੱਕ ਸਾਲ ਸਾਡੇ ਘੋਲ ਨੂੰ ਹੋ ਗਿਆ, ਅਸੀਂ ਆਪਦਾ ਘੋਲ ਉਵੇਂ ਜਿਵੇਂ ਬਰਕਰਾਰ ਹੈ ਮੋਦੀ ਦੇ ਛਿੱਤਰ ਮਾਰ ਕੇ ਉਹਦਾ ਹੁਣ ਅਰਥੀ ਫੂਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੀ ਤਕੜੇ ਸੰਘਰਸ਼ ਲੜਾਂਗੇ ਅਤੇ ਉਦੋਂ ਤੱਕ ਜਦ ਤੱਕ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਾ ਦਿੰਦੇ, ਰੱਦੀ ਦੀ ਟੋਕਰੀ 'ਚ ਜੜ ਦਿੰਦੇ ਜਾਂ ਇਹਨਾਂ ਨੂੰ ਧਰਤੀ 'ਚ ਨਹੀਂ ਦੱਬ ਦਿੰਦੇ, ਉਹਨਾਂ ਚਿਰ ਸਾਡੀ ਲੜਾਈ ਜਾਰੀ ਰਹੂਗੀ। ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ, ਅਸੀਂ ਆਪਣੀਆਂ ਮੰਗਾਂ ਮਰਵਾ ਕੇ। ਅੱਜ ਜੋ ਕਾਲੇ ਕਾਨੂੰਨ ਮੋਦੀ ਹਕੂਮਤ ਪਿਛਲੇ ਸਾਲ ਲੈ ਕੇ ਆਈ ਸੀ ਉਹਨਾਂ ਨੂੰ 1 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਅਤੇ ਉਸ ਦੇ ਰੋਸ ਵਜੋਂ ਅੱਜ ਰੇਲਵੇ ਸਟੇਸ਼ਨ ਤੋਂ ਲੈ ਕੇ ਭਗਤ ਸਿੰਘ ਦੇ ਬੁਕਤ ਤੱਕ ਮਾਰਚ ਕਰਕੇ ਮੋਦੀ ਹਕੂਮਤ ਦੀ ਅਰਥੀ ਸਾੜੀ ਗਈ ਹੈ ਅਤੇ ਨਾਲ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਸਾੜੀਆਂ ਗਈਆਂ ਨੇ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਮਹਿਲ ਕਲਾਂ ਉੱਤੇ ਵੀ ਇਹ ਅਰਥੀ ਆ ਜਿਹੜੀ ਸਾੜੀ ਗਈ ਹੈ। ਹੋਰ ਵੀ ਵੱਖ ਵੱਖ ਥਾਵਾਂ 'ਤੇ ਪੰਜਾਬ ਦੇ ਵਿੱਚ ਜਾਂ ਉੱਥੇ ਦਿੱਲੀ ਮੋਰਚੇ ਦੇ ਵਿੱਚ ਵੀ ਇਸ ਤਰ੍ਹਾਂ ਅਰਥੀਆਂ ਜਿਹੜੀਆਂ ਸਾੜੀਆਂ ਜਾ ਰਹੀਆਂ। ਕੀ ਕਹਿਣਾ ਚਾਹੋਗੇ ਜਿਵੇਂ 1 ਸਾਲ ਹੋ ਚੁੱਕਿਆ ਅਤੇ ਅੱਜ ਤੱਕ ਸਰਕਾਰ ਵੱਲੋਂ ਕੋਈ ਅੱਗੇ ਹਲ ਚਾਲ ਨਹੀਂ ਦੇਖਣ ਨੂੰ ਮਿਲੀ? ਦੇਖੋ ਇਹ ਭਾਵੇਂ ਓਪਨਲੀ ਨਹੀਂ ਦਿਸ ਰਹੀ, ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਮੋਦੀ ਹਕੂਮਤ ਆ ਜਿਹੜੀ ਅੰਦਰੋਂ ਹਿੱਲੀ ਹੋਈ ਆ ਉਹ ਇੰਟੈਲੀਜੈਂਸੀਆਂ ਦੇ ਰਾਹੀਂ ਸਾਡੇ ਕੋਲ ਗੱਲਾਂ ਆਉਂਦੀਆਂ ਕਿ ਕਦੇ ਕਹਿੰਦੇ ਆ 2 ਕਾਨੂੰਨ ਰੱਦ ਕਰ ਦਿੰਦੇ ਹਾਂ, ਕਿਤੇ ਕਮੇਟੀ ਬਣਾ ਦਿੰਦੇ ਹਾਂ, ਕਦੇ ਕਹਿੰਦੇ ਆ 1 ਕਾਨੂੰਨ ਰੱਦ ਕਰ ਦਿੰਦੇ ਹਾਂ, 2 'ਤੇ ਕਮੇਟੀ ਬਣਾ ਦਿੰਦੇ ਹਾਂ, 1 ਰਾਜਾਂ 'ਤੇ ਛੱਡ ਦਿੰਦੇ ਹਾਂ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੋਂ ਸਾਨੂੰ ਲੱਗਦਾ ਕਿ ਮੋਦੀ ਹਕੂਮਤ ਆ ਜਿਹੜੀ ਉਹ ਅੰਦਰੋਂ ਹਿੱਲੀ ਹੋਈ ਆ। ਲਗਾਤਾਰ ਉਹਨਾਂ ਦੇ ਜਿਹੜੇ ਆਗੂ ਨੇ ਉਹ ਵਿੱਚ ਅਸਤੀਫੇ ਵੀ ਦੇ ਕੇ ਭਾਜਪਾ ਤੋਂ ਕਿਨਾਰਾ ਕਰ ਰਹੇ ਨੇ, ਪਰ ਸਾਨੂੰ ਇਹ ਯਕੀਨ ਆ ਕਿ ਜਿੰਨਾ ਚਿਰ ਮੋਦੀ ਹਕੂਮਤ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਚਾਹੇ ਸਾਨੂੰ 4 ਸਾਲ ਬੈਠਣਾ ਪਵੇ, 5 ਸਾਲ ਧਰਨੇ ਲਾਉਣੇ ਪੈਣ, ਅਸੀਂ ਉਹਨੂੰ ਮਾਨਸਿਕ ਤੌਰ 'ਤੇ ਤਿਆਰ ਹਾਂ। ਜਿੰਨਾ ਚਿਰ ਮੋਦੀ ਹਕੂਮਤ ਆ ਜਿਹੜੀ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ, ਉਹਨਾਂ ਚਿਰ ਸਾਡਾ ਸੰਘਰਸ਼ ਆ ਜਿਹੜਾ ਉਹ ਜਾਰੀ ਰਹੂਗਾ। ਅਸੀਂ ਆਪਦੀ ਗੱਲ ਨੂੰ ਲੈ ਪਰਖ ਜਾਵਰਾ ਹੋਏ ਸਾਡਾ ਸਿਰਕ ਤੈਨੂੰ ਲਲਕਾਰੇ, ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਦੋਂ
5 जून 2020 एक काला दिन सी इतिहास का, एक 27 सितंबर 2020 इतिहास का काला दिन सी जो पार्लीमेंट के अंदर सारिया जिहड़ियां इन्हां दीआं बणियां हुई रवायतां सी इन्हां नूं छिके टंग के कानून पास किए गए सन पार्लीमेंट के अंदर, राज सभा के अंदर भी, तो लोग सभा के अंदर भी सारिया आपे बनाए हुए कानूनों दीआं धज्जियां उड़ा के इन्होंने कानूनों नूं पास करवाया सी। ते उदू बाद इन्होंने सोचा सी कि एक जिहड़ी साडी जंग है, साडी जिहड़ी लड़ाई है, वाला चिर चलनी नहीं, 2 दिन चलू, 4 दिन चलू, 5 दिन चलू, महीना चलू, अखीर नूं जाके हम के दम कर दम घुट के आपे ये घर बैठ जाएंगे। पर असी जे दस दिता, दर्शा दिता भारत के लोगों ने, जिहड़ी पंजाब ने जिहदा मुढ बन्निया सी कि जिद्दे इन्हां ने काले कानून लागू किए आ उदे ही पंजाब के अंदर संघर्षों का मुढ वध गया सी। ते एक जथेबंद होण दा, सांझे संघर्ष के पुड़ल बनण दा अदा जिहड़ा सी मुढ बनता सी। ते उदू बाद जदों संयुक्त किसान मोर्चे की अगवाई दे विच 1 अक्तूबर तो असी रेलों के पटरियां से बैठे सी, 26 नवंबर तो दिल्ली के पड़ावों से बैठे हाँ, साडा जे 1 साल इन्हां दे कानूनों नूं पास कीतिया हो गया तो असी 31 अक्तूबर साढ़े 31-30 सितंबर साढ़े वास्ते वो दिन है जो साडा 1 साल पूरा हो जाना है। असी उस दिन अहद करना है, असी अज भी 1 साल जो साडा पूरा हो गया साडा अहद करन दा दिन है कि जंग जारी रहनी है। ये जंग माड़ी मोटी नहीं है, ये जंग कोई छोटी नहीं है, जंग असल च ये सारे अमीर घराणे के खिलाफ वह लुकाई की जंग है, जिहड़े लुट्टे पुट्टे जाते लोग है, ये भावें जमीना खोह दिया जमीना से असल साडे समुचा भारत निर्भर करता है। अज भी 60% लोग इस खेती से निर्भर करते हैं, खेती के उजाड़ समुची वड्डी पद्धर से साडी जनता का उजाड़ा तय है। इस करके असी उजाड़े नूं बर्दाश्त नहीं करांगे, असी अपनी जंग जारी रखांगे। इस जंग जारी रखने के लिए कुरबानी देनी पै सकती है, असी 600 तो उपर किसान शहीद करवा ले है, होर साडे किसान शहीद होणगे, पर जो कुछ हासिल करना है कुछ गाना पैदा, इतिहास सच्चाई है। सानू उन्हां कुरबानियां का बेहद दुख है, पर वो कुरबानियां का मुल असी इस मोदी हुकूमत के जड़ी जिहड़ा तेल दे के असी नूं अखाड़ सुट के और कानूनों नूं रद्द करवा के साडे अंदर अहद करन दा दिन है कि असी वो काले कानून रद्द करवाउण तों बगैर दिल्ली के बार्डर तो इन्हां थावां तों कदे भी उठ के वापस नहीं जावांगे, सगों होर वध दलेरी दे नाल, होर वध संजम दे नाल, होर वध असी आपदे अहद करदे होइआं अगे वधांगे। ये कानून रद्द कर ली मोदी हुकूमत नूं मजबूर करांगे। इस दे नाल ही काले दिवस नूं लै के अमृतसर दे विच भी मोदी सरकार दा जिहड़ा विरोध कीता गया, उत्थे भी किसान आगूआं वल्लों प्रधानमंत्री नरेंद्र मोदी दा पुतला फूकिया गया। देखो जी, असीं संयुक्त मोर्चे वालों यही गल कहने भी दूजिया पार्टियां नूं असीं पुछांगे जरूर चौंकां दे विच जदों जाणगे साडे कोल भी साडे वास्ते कीता की आ। जे उत्थे काले कानून लागू कराउण दे विच ते हत्थ कांग्रेस सरकार दा भी आ, उत्थे अकाली दल दा भी आ, ते उत्थे मोदी सरकार दा भी आ, पर मोदी दा जिहड़ा वा ओह ते बिल्कुल बकायदा बाइकाट आ, नहीं वड़न देंगे, दूजिया पार्टियां नूं चौंक दे विच खिलार के जरूर पुछणगे साडे किसान। केजरीवाल वल्लों कहा गया सी कि जिहड़ी पार्टी उम्मीदवारां दा ऐलान करेगी ओह किसान विरोधी होएगी, अकाली दल ने अपने उम्मीदवारां दा ऐलान कर दित्ता। ते वेखो जी, ओह पार्टियां साडे अगे किसान विरोधी आ, अकाली दल किसानों की है कि कांग्रेस किसानों की है कि बीजेपी किसानों की है कि झाड़ू वाला किसानों का, असी साडा इन पार्टियां का कोई मकसद नहीं, असी अपने किते दी लड़ाई लड़ रहे हैं तो लड़ते रहेंगे। मैं जी गुरदेव सिंह वरपाल, किसान संघर्ष कमेटी पंजाब का जिला प्रधान। जी वरपाल साहब, कितना जो पुतला फूका जा रहा है 71 जन्मदिन नरेंद्र मोदी का मनाया जा रहा, उन्होंने आगुआ बना। वेखो जी, ये मैं दसना चाहुंदा वां भी जिहड़े जन्मदिन हुंदे ने ओह गुरुआं पीरां दे मनाए जांदे ने, जिहड़े लोकां वास्ते कुछ करदे ने, पर मोदी सरकार ने बेड़ा गर्क करके रख दिता समुचे समाज दा। इस करके अज असीं तां ही अमृतसर दे मेन चौंक दे विच आण के उहदा अर्थी फूक जिहड़ा ओह मुजहरा कर रहे हां, क्योंकि साडा जिहड़ा वा लगातार 27 तरीक नूं जिहड़ा वा पूरा साल होण जा रिहा वा, किसान बैठे ने दिल्ली दे विच जाके साडे, ते इस करके जिहड़ा वा ओहदा असीं जिहड़ा वा साल पूरा होण ते जिहड़ा वा 27 तरीक नूं ओह बंद दी वी काल दित्ती होई आ, उहदे नाल समुचा समाज साडे नाल आ, हिंदुस्तान बिल्कुल बंद रहेगा, 800 तो वध साडा जिहड़ा किसान है ओह शहीद हो चुके ने, ते इह जन्मदिन उहदे मना रहे ने, इस करके अज असीं उहदा अर्थी फूक मुजहरा करा रहे हैं। लगदा कि कितना कितना केंद्र सरकार मनूगी? वेखो जी, केंद्र सरकार मानती है नहीं मानती सानू कोई फर्क नहीं पैंदा, असी मनाई बैठे हाँ, क्योंकि साडा मोर्चा 2024 तक उस तरह चलूगा, जे सानू गांव भी चलाना पिया तो असी उस तरह चलावांगे, पर जिहड़ा वा दूजिया सूबियां दे विच ते पंजाब दे विच बीजेपी सरकार दा असी बिल्कुल सफाया कर चुके हैं। बिल्कुल जी, वो जी भारत बंद की कॉल है, लोग साडे नाल आप मीटिंगां कर रहे हैं, साडे समुचे परिवार जिहड़े सड़कां ते आउणगे, साडे होर जिहड़े टैक्सी स्टैंड आ बसां वाले ने वह साडे नाल राबता कर रहे हैं, ए समुचा समाज जिहड़ा वा उदन ਸਾਡੇ ਨਾਲ ਆ, ਤੇ ਹਿੰਦੁਸਤਾਨ ਬਿਲਕੁਲ ਬੰਦ ਰਹੇਗਾ। ਪਿੰਡਾਂ ਦੇ ਵਿੱਚ 2022 ਨੂੰ ਲੈ ਕੇ ਬਾਈਕਾਟ ਕੀਤਾ ਗਿਆ ਇਲੈਕਸ਼ਨ
ਭਾਜਪਾ ਦਾ? ਵੇਖੋ ਜੀ, ਬੀਜੇਪੀ ਸਰਕਾਰ ਦਾ ਤਾਂ ਬਿਲਕੁਲ ਬਾਈਕਾਟ ਆ ਜੀ। ਉਹਨਾਂ ਨੂੰ ਨਾ ਅਸੀਂ ਦਫ਼ਤਰਾਂ 'ਚੋਂ ਨਿਕਲਣ ਦੇਣਾ, ਨਾ ਅਸੀਂ ਘਰਾਂ 'ਚੋਂ ਨਿਕਲਣ ਦੇਣਾ ਉਹਨਾਂ ਨੂੰ, ਨਾ ਅਸੀਂ ਪਿੰਡਾਂ 'ਚ ਵੜਨ ਦੇਣੇ ਆ, ਨਾ ਅਸੀਂ ਕਸਬਿਆਂ 'ਚ ਵੜਨ ਦੇਣੇ ਆ, ਅਤੇ ਦੂਸਰੀਆਂ ਸਟੇਟਾਂ ਦੇ ਵਿੱਚ ਜਾ ਕੇ ਵੀ ਇਹਨਾਂ ਦਾ ਬੇੜਾ ਗਰਕ ਕਰਾਂਗੇ। ਅਸੀਂ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਬਾਈਕਾਟ ਕੀਤਾ ਹੋਇਆ ਜੀ। ਪਰ ਇੱਕ ਭਾਜਪਾ ਦੇ ਆਗੂ ਵੱਲੋਂ ਕਿਹਾ ਗਿਆ ਕਿ ਜੇ ਨਰਿੰਦਰ ਮੋਦੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਲਾਠੀਆਂ ਦੇ ਨਾਲ ਕਿਸਾਨ ਉਠਾਉਂਦੇ ਸੀ, ਉਹਨੂੰ ਕਿੱਦਾਂ ਦੇਖ ਰਿਹਾ? ਵੇਖੋ ਜੀ, ਉਹ ਮਾਫ਼ੀ ਵੀ ਮੰਗੀ ਜਾਂਦਾ ਫਿਰ, ਇਹ ਸਿਰਫ ਫੇਮਰਸ ਹੋਣ ਵਾਸਤੇ ਜਿਹੜਾ ਵਾ ਬਿਆਨ ਕੋਈ ਨਾ ਕੋਈ ਸਾਡੇ 'ਤੇ ਕਰ ਦਿੰਦੇ। ਬੜੇ ਬਿਆਨ ਕੀਤੇ ਨੇ ਇਹਨਾਂ ਨੇ, ਕਹਿੰਦੇ ਆ ਕਦੀ ਆਖਦੇ ਅੱਤਵਾਦੀਆਂ ਦੇ ਨਾਲ ਆ ਜੀ, ਇਹ ਕਦੀ ਆਉਂਦੇ ਖਾਲਿਸਤਾਨੀਆਂ ਦੇ ਨਾਲ ਆ ਜੀ, ਕਦੀ ਆਉਂਦੇ ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾ ਜੀ। ਇਹ ਬੜੇ ਬਿਆਨਬਾਜ਼ੀਆਂ ਕਰਦੇ ਸਾਡੇ ਨਾਲ, ਬੜਾ ਕੁਛ ਕੀਤਾ ਗਰੇਵਾਲ ਨੇ, ਬੜਾ ਕੁਛ ਕੀਤਾ ਵਾ, ਪਰ ਸਾਨੂੰ ਇਹਨਾਂ ਦੇ ਬਿਆਨਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ। ਜਿੰਨੇ ਮਰਜ਼ੀ ਇਹ ਬਿਆਨ ਦੇਈ ਜਾਣ, ਡਾਂਗ ਫੇਰਨੀ ਆ ਤਾਂ ਮੋਦੀ ਵੀ ਫੇਰ ਸਕਦਾ, ਫੇਰ ਦੇ ਸਾਨੂੰ ਡਾਂਗ। ਜੇ 800 ਕਿਸਾਨ ਸਾਡਾ ਸ਼ਹੀਦ ਹੋ ਗਿਆ ਤਾਂ ਸਾਡੇ ਹੋਰ ਵੀ ਕਿਸਾਨ ਸ਼ਹੀਦ ਹੋ ਜਾਣਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਦੱਸ ਦਈਏ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਨੇ ਉਹ ਕਿਸਾਨ ਵਿਰੋਧੀ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ, ਜਿਸ ਨੂੰ ਲੈ ਕੇ ਹੁਣ 27 ਸਤੰਬਰ ਨੂੰ ਪੂਰਾ ਭਾਰਤ ਬੰਦ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਗਾ ਕਿ ਮੋਦੀ ਸਰਕਾਰ ਇਹ ਕਾਨੂੰਨ ਰੱਦ ਕਰੇਗੀ ਜਾਂ ਫਿਰ ਨਹੀਂ। ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ, ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ।